जेन राइटिंग दे के आए आ ता फिर ये इना दी एक कन्फेशनल स्टेटमेंट है कि ही इज रनिंग ए करप्ट गवर्नमेंट। कैप्टन अमरिंदर सिंह जी आप ये ना करिए आप किधर नु खेड़ तोड़ लिए जे एहो जी सोच ना आप चलन डे हां ता फिर आप पंजाब नु किधर नु लेके जा रहे हैं। इस करके हैरान किया भी कोई चीफ मिनिस्टर इतना भी करता होगा डिफरेंस हो जाते हैं पर और वो मिनिस्टर जिहड़ा ऑन रिकॉर्ड दो बारी कंपनसेशन लिया बैठा ते ओनू आपां कितना पूरा नहीं वो सारिया नू पता क्योंकि वो तो स्टेटमेंट आई हुई है मुश्किलों नाल की होजूगा ਜੇ ਕੋ ਕਹੇ ਵੀ ਹਾਂ ਵੀ ਜੇ ਕਿਸੇ ਨੂੰ ਕਈ ਵਾਰੀ ਨਾ ਭਰੇਖਾ ਪੈ ਜਾਵੇ ਤਾਂ ਉਹ ਸ਼ਾਇਦ ਕਈ ਵਾਰੀ ਇਦਾਂ ਦੀਆਂ ਗੱਲਾਂ ਕਰਦਾ ਹੁੰਦਾ ਵੀ ਮੈਂ ਕੈਪਟਨ ਹੀ ਮੈਂ ਹੁਣ ਮਤਲਬ ਸਪੋਜ਼ ਮੇਰੇ ਵਰਗੇ ਨੇ ਜੇ ਇੰਡੀਆ ਟੀਮ ਦਾ ਕਪਤਾਨ ਹੈ ਤਾਂ ਮੈਂ ਕਪਤਾਨ ਹੈ ਮੈਨੂੰ ਕੰਫੀਡੈਂਸ ਹੋਣਾ ਚਾਹੀਦਾ ਮੈਂ ਕਪਤਾਨ ਹੈ ਕਿਸੇ ਦੇ ਕਹਿਣ ਨਾਲ ਕਿਸੇ ਦੇ ਪੋਸਟਰ ਲਾਉਣ ਦਾ ਕੀ ਹੁੰਦਾ। For all our latest updates please subscribe G Media Group YouTube channel and press the bell icon। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਮਾਂ ਕੱਢਿਆ। ਅਸਲੀ ਗੱਲ ਹੈ ਕਿ ਹੈਲੋ ਜਿਸ ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਜੀ ਮਹਾਰਾਜ ਜੀ ਕੋਲ ਕੈਪਟਨ ਜਿਹੜੇ ਦਿੱਲੀ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਆਏ ਆ ਉਸ ਦਿਨ ਤੋਂ ਬੜੀਆਂ ਸਿਲੈਕਟਿਵ ਜੀਆਂ ਲੀਕੇ ਤੇ ਜਿਹਦੇ ਵਿੱਚ ਜਿਹੜੇ ਡੋਜ਼ੀਅਰ ਬਣਾ ਕੇ ਦਿੱਤੇ ਗਏ ਆ ਐਮਐਲਏ ਤੇ ਮਿਨਿਸਟਰਸ ਦੇ ਤੇ ਉਹਦੀਆਂ ਖਬਰਾਂ ਕਾਫੀ ਆ ਰਹੀਆਂ। ਇੱਕ ਤਾਂ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਤੁਸੀਂ ਪਬਲਿਕਲੀ ਦੱਸੋ ਵੀ ਜੇ ਇਹ ਡੋਜ਼ੀਅਰ ਗਏ ਆ ਤੇ ਇਹ ਕਰਪਟ ਬੰਦੇ ਕਿਹੜੇ ਜੇ ਮੇਰਾ ਵੀ ਉਹਦੇ ਵਿੱਚ ਹੈਗਾ ਤਾਂ ਮੇਰਾ ਵੀ ਸਭ ਤੋਂ ਪਹਿਲਾਂ ਭਾਵੇਂ ਜਿਹੜਾ ਕੱਢ ਕੇ ਦੱਸੋ। ਔਰ ਹੈਰਾਨਗੀ ਦੀ ਗੱਲ ਪਤਾ ਕੀ ਆ ਕਿ ਇੱਕ ਮਿਨਿਸਟਰ ਜਿਹੜਾ ਦੋ ਵਾਰੀ ਇੱਕ ਜ਼ਮੀਨ ਦੀ ਕੰਪਨਸੇਸ਼ਨ ਲੈ ਗਿਆ ਉਹ ਅੱਜ ਕੱਲ੍ਹ ਜਿਹੜੇ ਸ਼ਾਰਪ ਸ਼ੂਟਰ ਬਣੇ ਰਹੇ ਆ ਕੈਪਟਨ ਅਮਰਿੰਦਰ ਸਿੰਘ ਜੀ ਕਿੱਥੇ ਕੁ ਤੱਕ ਆਪਾਂ ਇਹਨਾਂ ਨੂੰ ਲਗੋ ਲਵਾਂਗੇ ਕਿੱਥੇ ਕੁ ਤੱਕ ਆਪਾਂ ਸਿਲੈਕਟਿਵ ਲੀਕੇਜ ਕਰਕੇ ਸਿਲੈਕਟਿਵ ਬੰਦਿਆਂ ਦੇ ਡੋਜ਼ੀਅਰ ਬਣਾ ਕੇ ਤੇ ਜੇ ਹੁਣ ਤੱਕ ਜੇ ਤੁਹਾਨੂੰ ਸਾਰੀਆਂ ਇਹਨਾਂ ਚੀਜ਼ਾਂ ਦਾ ਪਤਾ ਸੀ ਤਾਂ ਫਿਰ ਆਪਾਂ ਕਿੱਥੇ ਖੜੇ। ਜੇ ਇਹ ਇਨ ਰਾਈਟਿੰਗ ਦੇ ਕੇ ਆਏ ਆ ਇਹ ਕਲੈਰੀਫਾਈ ਕਰਨ ਜੇ ਇਨ ਰਾਈਟਿੰਗ ਦੇ ਕੇ ਆਏ ਆ ਤਾਂ ਫਿਰ ਇਹ ਇਹਨਾਂ ਦੀ ਇੱਕ ਕਨਫੈਸ਼ਨਲ ਸਟੇਟਮੈਂਟ ਆ ਕਿ ਹੀ ਇਜ਼ ਰਨਿੰਗ ਏ ਕਰਪਟ ਗਵਰਨਮੈਂਟ। ਔਰ ਮੈਂ ਤਾਂ ਇਸ ਗੱਲ ਤੇ ਹੈਰਾਨ ਹੈ ਆ ਮੇਰੇ ਕੋਲ ਕਾਗਜ਼ ਹੈਗੇ ਆ ਗਵਰਨਮੈਂਟ ਨੇ 4 ਸਾਲ ਪਹਿਲਾਂ ਇੱਕ ਇਰੀਗੇਸ਼ਨ ਘੁਟਾਲਾ ਫੜਿਆ ਤੇ ਉਸ ਘੁਟਾਲੇ ਦੇ ਵਿੱਚ ਕਨਫੈਸ਼ਨਲ ਸਟੇਟਮੈਂਟ ਵੀ ਆ ਜਿਹਦੇ ਵਿੱਚ 3 IAS ਆਫੀਸਰ ਤੇ 2 ਪੋਲੀਟੀਸ਼ੀਅਨ ਆ ਤੇ ਜੇ ਕਨਫੈਸ਼ਨਲ ਸਟੇਟਮੈਂਟ ਵੀ ਹੈਗੀ ਆ ਤੇ ਫਿਰ ਇਹਨਾਂ ਡੋਜ਼ੀਅਰ ਦਾ ਕੀ ਬਣਿਆ ਇਹ ਕਿੱਥੇ ਰਹਿ ਗਏ। ਕਿਉਂਕਿ ਜੇ ਇਹੋ ਜਿਹੀ ਸੋਚ ਨਾਲ ਆਪਾਂ ਚੱਲਣ ਡਏ ਆ ਤਾਂ ਫਿਰ ਆਪਾਂ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ। ਔਰ ਉਹਦੇ ਨਾਲ ਨਾਲ ਕਿਉਂਕਿ ਇਹਦੇ ਵਿੱਚ 35 ਕਰੋੜ ਤੇ 35 ਲੱਖ ਰੁਪਏ ਦਾ ਜਿਹੜਾ ਗੁਰਿੰਦਰ ਸਿੰਘ ਜਿਹੜਾ ਫੜ ਹੋਇਆ ਸੀ ਉਹਦੀ ਸਟੇਟਮੈਂਟ ਆ ਉਹਨੂੰ ਕਦੀ ਕੋਰੈਬੋਰੇਟ ਕੀਤਾ ਉਹਦੀਆਂ ਫਰਦਰ 2 ਫਾਈਲਾਂ ਕਦੀ ਉਹ ਡਿਪਾਰਟਮੈਂਟ ਨੂੰ ਚਲੇ ਜਾਂਦੀਆਂ ਕਦੀ ਉਹ ਕਿਸੇ ਪਾਸੇ ਨੂੰ ਚਲੇ ਜਾਂਦੀਆਂ। ਔਰ ਉਹਦੇ ਨਾਲ ਨਾਲ ਇੱਕ 1200 ਕਰੋੜ ਰੁਪਏ ਦਾ ਜਿਹੜਾ ਸੁਰਿੰਦਰਪਾਲ ਪਹਿਲਵਾਨ ਆ ਉਹਦੇ ਤੇ ਪਰਚਾ ਦਰਜ ਕੀਤਾ ਸੀ ਤੇ ਮੈਂ ਇਸ ਗੱਲ ਦੀ ਹੈਰਾਨਗੀ ਮਹਿਸੂਸ ਕਰਦਾ ਵੀ
1200 करोड़ रुपया सिस्टम के विचों एको ही बंदा खा गया। उहदे विच ना कोई पोलिटिकल बंदा सी, ना कोई ब्यूरोक्रेट सी, ना कोई थले सी, ना कोई उपर सी। ते जे इहो जिहा सिस्टम है ते फिर आपां जिहड़ा 32,000 करोड़ रुपये दीआं तनखाहां दिंदे ओह काहदे लई दिंदे? उहनूं कोई सुपरवाइज करन वाला नहीं सी। अकाली दल की सरकार सी, बीजेपी नाल उहदी भाईवाल सी, ते ओह कित्थे एक्सीक्यूट होया मैनूं नहीं लगदा कदी इस गल ते। और एसी विजिलेंस डिपार्टमेंट 2003 दे विच डिसप्रोपोर्शनेट एसेट्स ते सरदार प्रकाश सिंह बादल दे इहनां ते परिवार ते परचा दर्ज कीता सी, और उहदा आईओ सुरिंदरपाल सी ते सुपरवाइजरी ऑफिसर बीके उपर सी। ते ओह एंड ऑफ द डे जदों उहनां दी इक्विटल हुई आ उहदे विच 59 जिहड़े गवाह आ ओह हॉस्टाइल होए आ, इनक्लूडिंग आईओ एंड सुपरवाइजर सुपरवाइजरी ऑफिसर। और मैनू क्योंकि मैं थोड़ी बहुती नौकरी भी कीती आ जिहड़ी मैनू गल समझ आउंदी आ, क्योंकि जे इदां दे असीं कम करदे आ और उस जजमेंट दे विच जिहड़ी सरदार प्रकाश सिंह बादल ते उहनां दे परिवार ते आई सी उहदे विच बेसिकली बीपी उपर लई रिकमेंड होया सी कि इहदे ते परतरी तां जिहड़ा परचा दर्ज कीता जावे, और इह हाई कोर्ट दे विच अनकंडीशनल अपोलोजी लै के ते उह केस जिहड़ा आ उह सैटल होया। कैप्टन अमरिंदर सिंह जी, आपां इह ना करिए, ਆਪਾਂ ਇਹ ਕਿੱਧਰ ਨੂੰ ਖੇਡ ਤੋਰ ਲਈ ਆ। ਔਰ ਮੈਂ ਤਾਂ ਕਿਉਂਕਿ ਨਾ ਤਾਂ ਕੋਈ ਡਿਵੀਜ਼ਨ ਹੈ ਕਾਂਗਰਸ ਦੇ ਵਿੱਚ, ਲੇਕਿਨ ਮੈਂ ਤੁਹਾਨੂੰ ਵੀ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਵੀ ਕਹੂੰਗਾ, ਕਿਉਂਕਿ ਆਪਾਂ ਸਾਰਿਆਂ ਨੇ ਪੰਜਾਬ 'ਚ ਰਹਿਣਾ, ਆਪਣੇ ਬੱਚਿਆਂ ਨੇ ਪੰਜਾਬ 'ਚ ਪੜ੍ਹਨਾ, ਆਪਾਂ ਪੰਜਾਬ ਦੇ ਜੰਮਪਲ ਹੈ, ਆਪਾਂ ਪੰਜਾਬ ਦੀ ਬਿਹਤਰੀ ਦੀ ਗੱਲ ਕਰਦੇ ਹਾਂ। ਲੇਕਿਨ ਆਪਾਂ ਡਿਵੀਜ਼ਨ ਦੀ ਗੱਲ ਨਾ ਕਰਕੇ ਆਪਾਂ ਸਿਸਟਮ ਦੀ ਔਰ ਇੱਕ ਇਸ਼ੂਜ਼ ਦੀ ਗੱਲ ਕਰਦੇ, ਕਿਉਂਕਿ ਜੇ ਆਪਾਂ ਇਸ਼ੂਜ਼ ਦੀ ਗੱਲ ਨਹੀਂ ਕਰਾਂਗੇ। ਮੈਂ ਤਾਂ ਕਈ ਵਾਰੀ ਐਕਚੁਲੀ ਹੁਣ ਹੋ ਕੀ ਰਿਹਾ ਕਿ ਉਸ ਗਰੁੱਪ ਦੇ ਵਿੱਚ ਕਿੰਨੇ ਬੰਦੇ ਆ, ਉਸ ਗਰੁੱਪ ਦੇ ਵਿੱਚ ਕਿੰਨੇ ਬੰਦੇ ਆ, ਮੈਨੂੰ ਤਾਂ ਇਹ ਨਹੀਂ ਲੱਗਿਆ ਵੀ ਕਿਹੜਾ ਗਰੁੱਪ ਹੈ। ਇਹ ਗਰੁੱਪ ਕ੍ਰੀਏਟ ਕੀਤੇ ਜਾ ਰਹੇ ਆ ਔਰ ਉਹਦੇ ਵਿੱਚ ਜਿਹੜੇ ਸੀਨੀਅਰ ਬੰਦੇ ਜਿਹੜੇ ਕਹਿੰਦੇ ਜੀ ਹੁਣ ਫਲਾਨੇ ਗਰੁੱਪ 'ਚ ਕੋਈ ਚਾਹ ਪੀ ਕੇ ਫੋਟੋ ਖਿਚਾ ਰਿਹਾ, ਕੋਈ ਕੁਛ ਕਰਕੇ ਫੋਟੋ ਖਿਚਾ ਰਿਹਾ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ ਆਪਾਂ ਇਸ਼ੂਜ਼ ਦੀ ਗੱਲ ਕਰੀਏ, ਆਪਾਂ ਲੋਕਾਂ ਦੇ ਵਿੱਚ ਜਾਣਾ, ਜਿਹੜੇ ਇਸ਼ੂਜ਼ ਨੂੰ ਆਪਾਂ ਖੜੇ ਹੋਏ ਆ ਨਾ ਉਸ ਇਸ਼ੂਜ਼ 'ਤੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਹੈ। ਔਰ ਇੱਕ ਹੋਰ ਪ੍ਰਥਾ ਚੱਲ ਪਈ ਵੀ ਜਿਹੜੇ PA ਆ ਉਹਨਾਂ ਦੇ ਪਰਚਾ ਸਾਡੇ ਇੱਕ ਮੰਤਰੀ ਦੇ PA ਤੇ ਮੇਰਾ ਖਿਆਲ ਹੈ ਕਿ 3-4 ਮਹੀਨੇ ਬਾਅਦ ਜਾਂ 7 ਮਹੀਨੇ ਬਾਅਦ ਪਰਚਾ ਦਿੱਤਾ। ਤੇ ਜਿਹੜੇ ਤੁਹਾਡੇ PA ਆ ਜਿਹੜੇ ਪਿਛਲੇ 4-4.5 ਸਾਲਾਂ ਦੇ ਵਿੱਚ ਜਿੱਥੇ 7-star ਹੋਟਲ ਤੇ 7-star ਹੀ ਲਗਭਗ ਮੈਰਿਜ ਪੈਲਸ, ਤੇ ਇੱਕ OST ਤਾਂ ਉਹ ਆ ਵੀ STF ਦੀ ਰਿਪੋਰਟ ਦੇ ਵਿੱਚ ਜਿਹੜਾ ਰਾਣੂ ਸਰਪੰਚ ਫੜਿਆ ਸੀ ਤੇ ਉਹਦਾ ਨਾਂ ਉਹਦੇ ਵਿੱਚ ਬੋਲਦਾ, ਕਦੀ ਆਪਾਂ ਕਿੱਧਰ ਨੂੰ, ਆਪਣਾ ਸਟਾਫ ਕਿੱਧਰ ਨੂੰ ਜਾਣਾ, ਆਪਾਂ ਕਿਤੇ ਤਾਂ ਖੜ ਜਾਈਏ। ਔਰ ਪਤਾ ਨਹੀਂ ਹੁਣ ਮੈਂ ਤਾਂ ਹੈਰਾਨ ਵੀ ਮੈਨੂੰ ਇਸ ਗੱਲ ਦੀ ਆ ਵੀ ਜਿਹੜਾ ਆ ਬਠਿੰਡੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਜਿਹੜਾ ਕ੍ਰਾਂਤੀ ਸਿੰਘ ਕੋਲੋਂ ਅਰਦਾਸ ਕਰਾਈ ਗਈ ਹੈ ਉਹਨੂੰ ਨੋਮੀਨੇਟ ਤਾਂ ਕਰ ਲਿਆ, ਪਰ ਕੈਪਟਨ ਸਾਹਿਬ ਉਹਦੇ ਤੋਂ ਪੜਦਾ ਜਿਹੜਾ ਇਹ ਸ਼ਰਾਰਤ ਹੋਈ ਆ, ਔਰ ਇਹ ਸ਼ਰਾਰਤ BJP ਵੱਲੋਂ ਹੋਈ ਆ ਕਿਉਂਕਿ BJP ਦਾ ਇੱਕ ਲੀਡਰ ਜਿਹੜਾ ਉਹਦੇ ਵਿੱਚ ਇਨਵੋਲਵ ਹੋਇਆ, ਉਹਦੀ ਫੁਟੇਜ ਵੀ ਆਈ ਆ ਜਾਂ ਹੋਰ ਵੀ ਚੀਜ਼ਾਂ ਆਈਆਂ। ਤੇ ਆਪਾਂ ਇਹੋ ਜਿਹੀਆਂ ਸ਼ਰਾਰਤਾਂ ਪੰਜਾਬ ਦੇ ਵਿੱਚ ਕਰਾਂਗੇ ਤਾਂ ਇਹ ਪੰਜਾਬ ਲਈ ਬਹੁਤੀ ਚੰਗੀ ਗੱਲ ਨਹੀਂ। ਔਰ ਮੈਂ ਅੱਛਾ ਉਹ ਤੋਂ ਬਾਅਦ ਸੁਣ ਲਓ, ਇੱਕ ਪਾਸੇ ਤਾਂ ਅਸੀਂ IG ਪਰਮਰਾਜ ਉਮਰਾ ਲੰਗਣ ਨੂੰ ਸਸਪੈਂਡ ਕੀਤਾ ਹੋਇਆ, ਤੇ ਇੱਕ ਉਹਨੇ ਹਾਈ ਕੋਰਟ ਦੇ ਵਿੱਚ ਰਿਟ ਪਾਈ ਸੀ CWP 2222-2020
ਜਿਹੜਾ ਸਾਡਾ ਐਡਵੋਕੇਟ ਜਨਰਲ ਦਾ ਅੰਗੇਜ ਕੀਤਾ ਹੋਇਆ ਵਕੀਲ ਹੈ ਉਹਨੇ ਔਨ ਰਿਕਾਰਡ ਸਟੇਟਮੈਂਟ ਦਿੱਤੀ ਮੈਂ ਤਾਂ ਵੈਸੇ ਹੀ ਉਹ ਪੜ੍ਹ ਲੱਗ ਗਿਆ ਮੈਂ ਕਿਹਾ ਦੇਖਾਂ ਤਾਂ ਸਹੀ ਇਹ ਕੀ ਕਰਦੇ ਆ ਤੇ ਔਨ ਰਿਕਾਰਡ ਉਹਦੇ ਵਿੱਚ ਕਿਹਾ ਗਿਆ ਵੀ ਅਸੀਂ ਇਹਦੇ ਅਗੇਂਸਟ ਕੋਈ ਪ੍ਰੋਸੀਡਿੰਗ ਜਿਹੜੀਆਂ ਉਹ ਬਿਲਕੁਲ ਨਹੀਂ ਕਰਾਂਗੇ ਇੱਕ ਪਾਸੇ ਉਹਨੂੰ ਸਸਪੈਂਡ ਕੀਤਾ ਹੋਇਆ ਆ ਉਹਦੀ ਫਾਈਲ ਉਹਦੇ ਗਾਂ ਐਕਸ਼ਨ ਲੇਕਿਨ ਦੂਸਰੇ ਪਾਸੇ ਅਸੀਂ ਜਿਹੜਾ ਆ ਅਸੀਂ ਹਾਈ ਕੋਰਟ ਦੇ ਵਿੱਚ ਕੀ ਸਟੇਟਮੈਂਟ ਦਿੰਦੇ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਇਹ ਸਰਕਾਰ ਕੌਣ ਚਲਾ ਰਿਹਾ ਇਹ ਕਿੱਦਾਂ ਚੱਲ ਰਹੀ ਹੈ ਮੈਨੂੰ ਤਾਂ ਕਈ ਵਾਰੀ ਅਸਲੀ ਗੱਲ ਹੈ ਮੈਂ ਬਹੁਤ ਰਿਸਪੈਕਟ ਕਰਦਾ ਕਿਉਂਕਿ ਇਸ ਕਰਕੇ ਕਰਦਾ ਵੀ ਇਸ ਬੰਦੇ ਦੀ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਜਿਹੜੀ ਆ ਉਹ ਸਾਰਿਆਂ ਨਾਲੋਂ ਚੰਗੀ ਸੀ ਪਰ ਮੈਨੂੰ ਹੁਣ ਕਈਆਂ ਚੀਜ਼ਾਂ 'ਤੇ ਸ਼ੱਕ ਹੁੰਦਾ ਇਹਨਾਂ ਦੀ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਕੀ ਹੈਗੀ ਆ ਮੈਨੂੰ ਇਸ ਗੱਲ 'ਤੇ ਵੀ ਕਿਉਂਕਿ ਆਪਾਂ ਕਿੰਨੀ ਕੁ ਚਿਰ ਪਰਦੇ ਪਾਈ ਜਾਵਾਂਗੇ ਆਪਾਂ ਕਿੰਨਾ ਕੁ ਚਿਰ ਇਹਨਾਂ ਨੂੰ ਢੱਕੀ ਜਾਵਾਂਗੇ ਔਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਮ ਸੇ ਕਮ ਤੁਸੀਂ ਜੇ ਇਹ ਜਿਹੜੀਆਂ ਸਿਲੈਕਟਿਵ ਖਬਰਾਂ ਜਿਹੜੀਆਂ ਖਾਸ ਕਰਕੇ ਡੋਜ਼ੀਅਰ ਦੀਆਂ ਲੱਗ ਰਹੀਆਂ ਤੇ ਜੇ ਅਲਟੀਮੇਟਲੀ ਇਹ ਗੱਲ ਸੱਚੀ ਆ ਇਹ ਤੁਹਾਡੀ ਕਨਫੈਸ਼ਨਲ ਸਟੇਟਮੈਂਟ ਆ ਔਰ ਉਸ ਕਨਫੈਸ਼ਨਲ ਸਟੇਟਮੈਂਟ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਿਜ਼ਲਟਸ ਆ ਬੜੇ ਮਾੜੇ ਹੋਣਗੇ ਔਰ ਦੇਖੋ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਮੈਨੂੰ ਲੱਗਦਾ ਸਭ ਤੋਂ ਔਖਾ ਰਿਫੋਰਮ ਕਰਨਾ 1.25 ਲੱਖ ਟੀਚਰ ਹੈ ਮੇਰਾ ਖਿਆਲ 23 ਤੋਂ 24 ਲੱਖ ਬੱਚਾ ਅਸੀਂ ਜੇ 3 ਸਾਲਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਰਿਫੋਰਮ ਕਰਕੇ ਕਿਉਂਕਿ ਜੇ ਪੋਲੀਟੀਕਲ ਬਿੱਲ ਹੈ ਆਫੀਸਰਸ ਦੀ ਬਿੱਲ ਹੈ ਤਾਂ ਫਿਰ ਆਪਾਂ ਜੇ 22ਵੇਂ ਸਥਾਨ ਤੋਂ 1ਵੇਂ ਸਥਾਨ ਤੇ ਪਹੁੰਚ ਸਕੇ ਇਹਦਾ ਮਤਲਬ ਬਾਕੀ ਕੰਮਾਂ 'ਚ ਸਾਡੀ ਕ੍ਰਿਟੀਕਲ ਬਿੱਲ ਹੈ ਨਹੀਂ ਉਹਦੇ ਲਈ ਮੈਂ ਨਹੀਂ ਕਹਿੰਦਾ ਤੁਸੀਂ ਉਹ ਰਾਈਟ ਨਹੀਂ ਕਲੇਮ ਵੀ ਕਰਦੇ ਆ ਔਰ ਮੈਂ ਮੁਬਾਰਕਬਾਦ ਵੀ ਦਿੰਦਾ ਕਿ ਜਿਹੜੀ ਗੱਲ ਚੰਗੀ ਆ ਉਹ ਚੰਗੀ ਵੀ ਹੈਗੀ ਹੈ ਪਰ ਆਪਾਂ ਇਹ ਸਿਸਟਮ ਨੂੰ ਕਿੱਧਰ ਨੂੰ ਤੋੜ ਰਹੇ ਹਾਂ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਜੇ ਕੋਈ ਕੁਐਸਚਨ ਕਿਸੇ ਵੀ ਦੋਸਤ ਨੇ ਕਰਨਾ ਤਾਂ ਡੈਫੀਨਿਟਲੀ ਪ੍ਰਗਟ ਜੀ ਰਿਪੋਰਟ ਸੌਂਪ ਦਿੱਤੀ ਗਈ ਹੈ ਤੁਸੀਂ ਆਪਣੇ ਵੱਲੋਂ ਕੀ ਕਹਿ ਕੇ ਆਏ ਸੀਗੇ ਤੇ ਅੱਜ ਜਿਹੜੀ ਹੁਣ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਤੌਰ ਤੇ ਗੱਲਾਂ ਸਾਹਮਣੇ ਆ ਰਹੀਆਂ ਕਿ 40 ਵਿਧਾਇਕਾਂ ਦੇ ਨਾਮ ਤੇ ਇਹ ਗੱਲ ਆਖੀ ਹੈ ਕਿ ਇਹਨਾਂ ਦੇ ਨਾਮ ਕਿਸੇ ਨਾ ਕਿਸੇ ਘੁਟਾਲੇ ਦੇ ਵਿੱਚ ਹੈਗੇ ਇਦਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ ਮੈਂ ਤਾਂ ਇਹੀ ਗੱਲ ਤੁਹਾਡੇ ਸਾਹਮਣੇ ਕਹੀ ਆ ਔਰ ਮੈਂ ਉੱਥੇ ਵੀ ਕਹਿ ਕੇ ਆਇਆ ਮੈਂ ਆਪਣੇ ਆਪ ਨੂੰ ਬਾਹਰ ਨਹੀਂ ਕਰਦਾ ਕਿਉਂਕਿ ਜੇ ਇਦਾਂ ਦੀਆਂ ਹੈਗੀਆਂ ਤਾਂ ਫਿਰ ਚੀਫ ਮਿਨਿਸਟਰ ਨੂੰ ਰੋਕਦਾ ਕੌਣ ਹੈ ਹੁਣ ਤੱਕ ਕੌਣ ਰੋਕਦਾ ਸੀ ਹੁਣ ਤੱਕ ਕੌਣ ਰੋਕਦਾ ਸੀਗਾ ਮੈਨੂੰ ਇਹਦੇ ਬਾਰੇ ਤਾਂ ਨਹੀਂ ਪਤਾ ਪਰ ਜਿਹੜੀ ਗੱਲ ਮੈਂ ਬੇਸਿਕਲੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹ ਤਾਂ ਮੈਂ ਇਸ ਗੱਲ ਤੇ ਹੈਰਾਨ ਕੀਤਾ ਵੀ ਕੋਈ ਚੀਫ ਮਿਨਿਸਟਰ ਇਦਾਂ ਵੀ ਕਰਦਾ ਹੁੰਦਾ ਡਿਫਰੈਂਸ ਹੋ ਜਾਂਦੇ ਆ ਪਰ ਔਰ ਉਹ ਮਿਨਿਸਟਰ ਜਿਹੜਾ ਔਨ ਰਿਕਾਰਡ 2 ਵਾਰੀ ਕੰਪਨਸੇਸ਼ਨ ਲੈ ਬੈਠਾ ਤੇ ਉਹਨੂੰ ਆਪਾਂ ਕਿੱਦਾਂ ਉਹਦਾ ਉਹ ਸਾਰਿਆਂ ਨੂੰ ਪਤਾ ਕਿਉਂਕਿ ਉਹ ਤਾਂ ਸਟੇਟਮੈਂਟ ਆਈ ਹੋਈ ਹੈ ਮੈਂ ਤਾਂ ਅੱਜ ਤੋਂ 1.5-2 ਸਾਲ ਪਹਿਲਾਂ ਇਹ ਸਲਾਹ ਦਿੱਤੀ ਸੀ ਵੀ ਆਉਣ ਵਾਲਾ ਸਮਾਂ ਕਿਉਂਕਿ ਵਿਜੂਲਾਈਜੇਸ਼ਨ ਕੀ ਹੁੰਦੀ ਆ ਵਿਜੂਲਾਈਜੇਸ਼ਨ ਤਾਂ ਇਹੀ ਹੁੰਦੀ ਆ ਵੀ ਹਾਂ ਵੀ ਅਸੀਂ
ਆਉਣ ਵਾਲੇ ਸਮੇਂ ਨੂੰ ਭਾਵ ਕੇ ਤੇ ਉਦਾਂ ਦੇ ਕੰਮ ਕਰ ਲਈਏ ਤਾਂ ਕਿ ਸਾਨੂੰ ਇਹੋ ਜਿਹੀ ਸਿਚੁਏਸ਼ਨ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਗਟ ਜੀ, ਮੰਨਦੇ ਹੋ ਕਿ ਮੁੱਖ ਮੰਤਰੀ ਸਾਹਿਬ ਦੀ ਹੁਣ ਵਿਜ਼ਨ ਨਹੀਂ ਰਹੀ ਜਿਹੜੀ ਤੁਸੀਂ ਉਮੀਦ ਲਈ ਬੈਠੇ ਸੀਗੇ ਪਿਛਲੇ ਸਮੇਂ ਦੇ ਵਿੱਚ? ਤੇ ਡਿਲੀਵਰੀ ਤਾਂ ਬਿਲਕੁਲ ਹੈ ਜੀ, ਵਿਜ਼ਨ ਤਾਂ ਦੇਖੋ ਮੈਂ ਤਾਂ 2017 ਦੀ ਵੀ ਮੈਂ ਤਾਂ ਪਹਿਲੀ ਵਾਰੀ ਵੀ ਇਹ ਗੱਲ ਕਹੀ ਹੈ ਕਿ 2017 ਦੇ ਵਿੱਚ ਤਾਂ ਉਹਨਾਂ ਦੇ ਨਾਂ ਹੀ ਕੋਟਾ ਪਾਇਆ, ਲੋਕੀ ਸਮਝਦੇ ਸੀ ਕਿ ਹਾਂ ਵੀ, ਔਰ ਉਹ ਵੀ 80 MLA ਦੀ ਜੇ ਸਰਕਾਰ ਹੋਵੇ ਤਾਂ ਫਿਰ ਕਮਜ਼ੋਰੀ ਹੋਵੇ ਤਾਂ ਫਿਰ ਮੈਨੂੰ ਲੱਗਦਾ ਕਿ ਕਿਤੇ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਕਮੀ ਪੇਸ਼ੀ। ਪ੍ਰਗਟ ਜੀ, ਸਰਕਾਰ ਚਲਾ ਕੌਣ ਰਿਹਾ ਫਿਰ ਤੁਹਾਡੇ ਹਿਸਾਬ ਨਾਲ? ਤੁਸੀਂ ਤਾਂ ਸਿਸਟਮ ਦੇ ਵਿੱਚ ਹੈਗੇ ਹੋ। ਸਰਕਾਰ ਮੈਨੂੰ ਤਾਂ ਆਪ ਨਹੀਂ ਸਮਝ ਆਈ ਕਿ ਕੌਣ ਚਲਾ ਰਿਹਾ, ਕਿਉਂਕਿ ਇੱਕ ਪਾਸੇ ਤਾਂ ਅਸੀਂ ਪਰਮਰਾਜ ਉਮਰਾ ਲੰਗਣ ਦੇ ਅਗੇਂਸਟ ਪ੍ਰੋਸੀਡਿੰਗ ਸ਼ੁਰੂ ਕੀਤੀਆਂ ਤੇ ਹਾਈ ਕੋਰਟ ਦੇ ਵਿੱਚ ਅਸੀਂ ਜਾ ਕੇ ਸਟੇਟਮੈਂਟ ਦੇ ਰਹੇ ਹਾਂ, ਔਰ ਉੱਥੇ ਇਹ ਵੀ ਪੁੱਛਿਆ ਗਿਆ ਵੀ ਤੁਹਾਡੇ ਕੋਲ ਅਥਾਰਟੀ ਵੀ ਹੈਗੀ ਹੈ ਇਹ ਸਟੇਟਮੈਂਟ ਰਿਕਾਰਡ ਕਰਾਉਣ ਦੀ। ਉਹਨਾਂ ਨੇ ਕਿਹਾ ਮੇਰੇ ਕੋਲ ਕੰਪੀਟੈਂਟ ਅਥਾਰਟੀ ਦੇ ਵੱਲੋਂ ਮੇਰੇ ਕੋਲ ਕਲੀਅਰ ਕੱਟ ਇੰਸਟਰਕਸ਼ਨ ਹੈਗੀਆਂ ਕਿ ਹਾਂ ਵੀ ਅਸੀਂ ਇਹਨਾਂ 'ਤੇ ਕੋਈ ਕੇਸ ਜਿਹੜਾ ਉਹ ਜਿਹੜੀਆਂ ਪ੍ਰੋਸੀਡਿੰਗ ਆ ਉਹ ਨਹੀਂ ਚਲਾਵਾਂਗੇ। ਸੱਚੀ ਗੱਲ ਦੱਸਾਂ, ਇਹ ਬੱਚਿਆਂ ਦੀ ਲੜਾਈ ਹੋਈ ਹੈ, ਪੋਸਟਰਾਂ ਨਾਲ ਕੀ ਹੋਜੂਗਾ? ਜੇ ਕੋਈ ਕਹੇ ਵੀ ਹਾਂ ਵੀ, ਜੇ ਕਿਸੇ ਨੂੰ ਕਈ ਵਾਰੀ ਨਾ ਭੁਲੇਖਾ ਪੈ ਜਾਵੇ ਤਾਂ ਉਹ ਸ਼ਾਇਦ ਕਈ ਵਾਰੀ ਏਦਾਂ ਦੀਆਂ ਗੱਲਾਂ ਕਰਦਾ ਹੁੰਦਾ ਵੀ ਮੈਂ ਕੈਪਟਨ ਹੀ ਹਾਂ, ਮੈਂ ਮਤਲਬ ਸਪੋਜ਼ ਮੇਰੇ ਵਰਗੇ ਨੇ ਜੇ ਜੇ ਇੰਡੀਆ ਟੀਮ ਦਾ ਕਪਤਾਨ ਆ ਤਾਂ ਮੈਂ ਕਪਤਾਨ ਆ, ਮੈਨੂੰ ਕੋਨਫੀਡੈਂਸ ਹੋਣਾ ਚਾਹੀਦਾ ਮੈਂ ਕਪਤਾਨ ਆ, ਕਿਸੇ ਦੇ ਕਹਿਣ ਨਾਲ ਕਿਸੇ ਦੇ ਪੋਸਟਰ ਲਾਉਣ ਦਾ ਕੀ ਹੋ ਜਾਂਦਾ? ਪ੍ਰਗਟ ਜੀ, ਇੱਕ ਪਾਸੇ ਜਿਸ ਤਰ੍ਹਾਂ ਡੋਜੀਅਰ ਦੀਆਂ ਗੱਲਾਂ ਹੋ ਰਹੀਆਂ, ਦੂਜੇ ਪਾਸੇ ਜਿਹੜਾ ਇਰੀਗੇਸ਼ਨ ਘਟਾਲਾ ਹੋਇਆ, ਇਹ ਸੀਐਮ ਦੀ ਮਜਬੂਰੀ ਤੇ ਕਮਜ਼ੋਰੀ ਕਿੱਥੇ ਆ? ਮੈਂ ਕਹਿੰਦੀ ਨਾ ਮਜਬੂਰੀ ਵੀ ਆ ਕਮਜ਼ੋਰੀ ਵੀ ਆ। ਜੇ 80 ਬੰਦਿਆਂ ਦੇ MLA, ਮੈਂ ਤਾਂ ਇੱਕ ਵਾਰ ਇਹ ਵੀ ਕਿਹਾ ਸੀ, ਮੈਂ ਕਿਹਾ ਜੀ ਜਿਹੜੇ ਕੋਈ MLA ਤੁਹਾਨੂੰ ਲੱਗਦੇ ਕਰਪਟ ਆ ਉਹਨਾਂ ਨੂੰ ਵੀ ਠੋਕੋ। ਇਹ ਤਾਂ ਹੁੰਦਾ ਕਈ ਵਾਰੀ ਸਰਕਾਰ ਸੱਠਾਂ ਵਾਟਾਂ ਦੀ ਹੋਵੇ ਤੇ 59 ਚਾਹੀਦੇ ਨਾ, ਮੇਰੇ ਕਹਿੰਦਾ 59 ਹੀ ਚਾਹੀਦੇ ਜੀ। ਉਹਦੇ ਉਹਦੇ ਵਿੱਚ ਤਾਂ ਕਈ ਵਾਰੀ ਡਰ ਹੁੰਦਾ, 80 ਦੇ ਵਿੱਚ ਕਹਿੰਦਾ ਡਰ ਹੁੰਦਾ, 80 ਦੇ ਵਿੱਚ ਤਾਂ ਡਰ ਹੀ ਕੋਈ ਨਹੀਂ ਲੰਬਾ ਕੜਾ ਹੁੰਦਾ। ਫਿਰ ਹਾਈ ਕਮਾਂਡ ਨੂੰ ਜਿਹੜੇ ਡੋਜੀਅਰ ਗਈ ਹੈਗੀ ਉਹਨਾਂ ਦੀਆਂ ਟਿਕਟਾਂ ਕੱਟ ਦੇਣੀਆਂ ਚਾਹੀਦੀਆਂ ਹੈਗੀ ਤੁਹਾਡੇ ਸਾਹਮਣੇ? ਨਹੀਂ, ਮੈਂ ਤਾਂ ਇਹ ਐਕਚੁਅਲ ਗੱਲ ਕੀ ਹੈ, ਕਿਉਂਕਿ ਸਿਲੈਕਟਿਵਲੀ ਅੱਜ ਦੀ ਤਰੀਕ ਦੇ ਵਿੱਚ ਦੇਖੋ ਹਰ ਚੀਜ਼ ਨੂੰ ਸਿਲੈਕਟਿਵਲੀ ਲੀਕ ਕਰਨਾ, ਫਿਰ ਉਹਨੂੰ ਹੌਲੀ 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 ਉਹ ਜਿੱਦਾਂ ਨਹੀਂ ਦਿੰਦੇ ਹੁੰਦੇ ਅੱਗ ਬਾਲ ਕੇ ਉਹਨੂੰ ਹੌਲੀ ਹੌਲੀ ਹਵਾ ਦੇਣੀ, ਤੇ ਮੈਂ ਕਹਿੰਦਾ ਡਰਾਵਾ ਹੈ ਜੀ। ਕਮੇਟੀ ਜਿਹੜੀ ਐਡਜਸਟਮੈਂਟ ਕਰ ਰਹੀ ਹੈ ਕਿ ਸਿੱਧੂ ਨੂੰ ਡਿਪਟੀ ਸੀਐਮ ਲਾ ਦਿੱਤਾ ਜਾਵੇ, ਜੋ ਗਲਤ ਕਰੀ ਪ੍ਰਧਾਨ ਦਾ ਦੇਖੋ ਮੈਨੂੰ ਸਾਰੇ ਨੂੰ ਐਡਜਸਟ ਕੀਤਾ ਜਾਵੇ, ਉਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਕਿਉਂਕਿ ਨਾ ਮੇਰੀ ਇਹ ਗੱਲ ਗੱਲ ਤਾਂ ਨੀਤ ਨਹੀਂ ਆ, ਹੋਰ ਤਾਂ ਕੋਈ ਰੋਣਾ ਨਹੀਂ ਹੈ। ਪ੍ਰਗਟ ਜੀ, ਇੱਥੇ ਸਕੂਲ ਬਾਰੇ ਵੀ ਚਿੱਠੀ ਲਿਖੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ, ਕਹਿੰਦੇ ਕਿ ਸੈਨ ਮਾਫੀਆ ਦੇ ਪੇਰੋਲ ਤੇ ਬਹੁਤ ਸਾਰੇ ਵਿਧਾਇਕ ਨੇ, ਕਹਿੰਦੇ ਤੁਸੀਂ ਵੀ ਜਿਹੜਾ ਡੋਜ਼ੀਅਰ ਤਿਆਰ ਕੀਤਾ ਉਹਦੇ ਵਿੱਚ ਵੀ ਚਰਚਾਵਾਂ ਹੈਗੀਆਂ ਨੇ, ਔਰ ਕਹਿੰਦੇ ਵਰਚੁਅਲੀ ਐਵੇਂ ਲੱਗ ਰਿਹਾ ਕਿ ਗਵਰਨਮੈਂਟ ਜਿਹੜੀ ਹੈਗੀ ਆ ਸੈਨ ਮਾਫੀਆ ਚਲਾ ਰਿਹਾ ਹੈਗਾ, ਔਰ ਮਾਈਨਿੰਗ ਪਾਲਿਸੀ ਨੂੰ ਕਹਿੰਦੇ ਤਬਦੀਲ ਕਰਨ ਦੀ ਲੋੜ ਹੈਗੀ ਹੈ, ਪ੍ਰਾਈਵੇਟ ਪਾਰਟੀਜ਼ ਨੂੰ ਮਾਈਨਿੰਗ ਦੀ ਜਿਹੜੀ ਹੈਗੀ ਜ਼ਿੰਮੇਵਾਰੀ ਨਾ ਦਿੱਤੀ ਜਾਵੇ, ਬਲਕਿ ਤੁਹਾਡੀ ਸਰਕਾਰ ਦੇ ਹੁੰਦੇ ਹੁੰਦੇ ਆ ਗਵਰਨਮੈਂਟ ਨੂੰ ਜਿਹੜੀ ਹੈਗੀ ਆ ਇਹ ਕਾਰਪੋਰੇਸ਼ਨ। ਮੈਂ ਤਾਂ ਤੁਹਾਨੂੰ ਦੱਸਿਆ ਕਿ ਜੇ ਗਵਰਨਮੈਂਟ ਦੀ ਪੋਲੀਟੀਕਲ ਐਡਮਿਨਿਸਟ੍ਰੇਸ਼ਨ ਦੀ ਬਿੱਲ ਹੈਗੀ ਆ, ਤੇ ਜੇ ਅਸੀਂ 22ਵੇਂ ਨੰਬਰ ਤੋਂ ਐਜੂਕੇਸ਼ਨ ਦੇ ਉੱਤੇ ਥੈਂਕਸ ਟੂ ਕ੍ਰਿਸ਼ਨ ਕੁਮਾਰ ਐਂਡ ਥੈਂਕਸ ਟੂ ਕੈਪਟਨ ਅਮਰਿੰਦਰ ਸਿੰਘ ਕਿ ਜਿਨ੍ਹਾਂ ਨੇ, ਕਿਉਂਕਿ ਹੋ ਸਕਦਾ 2-3-4 MLA ਕਹਿੰਦੇ ਤਾਂ ਉਹਨੂੰ ਟਰਾਂਸਫਰ ਕਰ ਦਿੰਦੇ, ਬਟ ਜੇ ਬਿੱਲ ਹੈਗੀ ਆ ਤੇ ਫਿਰ ਬਾਕੀ ਕੰਮਾਂ 'ਚ ਬਿੱਲ ਕਿਉਂ ਨਹੀਂ, ਕਿਉਂਕਿ ਜੇ ਬਿੱਲ ਹੈਗੀ ਆ ਤੇ 22 ਪਲੇਸ ਤੋਂ ਅਸੀਂ ਕਿ 20 ਪਲੇਸ 'ਤੇ ਆ ਗਏ ਹਾਂ ਤਾਂ ਫਿਰ ਇਹਦਾ ਮਤਲਬ ਤਾਂ ਬਿੱਲ ਦੀ ਕਮੀ ਆ। ਇਸ ਗੱਲ ਤੋਂ ਸਹਿਮਤ ਹੈਗੀ ਮੈਂ ਇੱਥੇ ਸਕੂਲ ਕਾ ਕਿ ਬਹੁਤ ਸਾਰੇ MLA ਸੈਲ ਮਾਫੀਆ ਦੇ ਪੇਰੋਲ ਦੇ ਉੱਤੇ ਹੈਗੇ ਨੇ ਔਰ ਉਹ ਆਪ ਇਨਵੋਲਵ ਨੇ। ਮੈਂ ਤਾਂ ਕਹਿੰਦਾ ਜਿਹੜਾ ਵੀ ਬੰਦਾ ਹੋਵੇ ਇਰਰਿਸਪੈਕਟਿਵ ਕਿ ਹਾਂ ਵੀ ਉਹ ਕੋਈ ਵੀ ਕੁਛ ਵੀ, ਕੋਈ MLA ਆ, ਕੋਈ ਮਿਨਿਸਟਰ ਆ, ਕੋਈ SHO ਆ, ਕੋਈ SSP ਆ, ਮੈਂ ਤਾਂ ਹਮੇਸ਼ਾ ਇੱਕ ਸਿਸਟਮ ਦੀ ਗੱਲ ਕਰਦਾ ਔਰ ਸਾਫ਼ ਸੁਥਰੇ ਸਿਸਟਮ ਦੀ ਗੱਲ ਕਰਦਾ ਵੀ ਆਪਾਂ ਸਾਫ਼ ਸੁਥਰਾ ਸਿਸਟਮ ਇਨਵੋਲਵ ਕਰਨਾ। ਨਹੀਂ, ਰਿਗਰੈਟ ਤਾਂ ਐਕਚੁਅਲੀ ਮੈਨੂੰ ਇੱਦਾਂ ਦਾ ਰਿਗਰੈਟ ਨਹੀਂ ਹੁੰਦਾ, ਪਰ ਮੈਨੂੰ ਇਹ ਫੀਲ ਹੁੰਦਾ ਕਿ ਜਿਹੜੀ ਗੱਲ ਹੋ ਸਕਦੀ ਸੀ ਜਦੋਂ ਉਹ ਨਹੀਂ ਅਸੀਂ ਕਰਦੇ ਤਾਂ ਉਹਦਾ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੋਇਆ। ਪ੍ਰਗਟ ਜੀ, ਲੜਾਈ ਤੇ ਬੇਅਦਬੀ ਤਾਂ ਹੋਈ ਸੀ, ਨਸ਼ਿਆਂ ਤੋਂ ਹੋਈ ਕਿ ਇਨਸਾਫ਼ ਨਹੀਂ ਮਿਲਿਆ ਹੈਗਾ,
कसूरवार लोग फड़े निकल गए वो लड़ाई चलती चलती डिप्टी सीएम के अहदे तक पहुँच गई हैगी मंत्रियों के फिर बदल के तक पहुँच गई हैगी। देखो मैं इन गलों सहमत नहीं हूँ गल तो इशूज की उत्थे डिप्टी सीएम ए बन जाए बी बन जाए ना बने कोई मंत्री होर बन जाए कोई ना बने अल्टीमेटली असि जो इशूज से खड़े हाँ क्योंकि वो की होगा लोगों को इंसाफ मिलेगा जो मान लो चार मंत्री बदल भी जाएंगे तो लोगों को वह फायदा होगा अल्टीमेटली तो जो इशूज है सबू एड्रैस करने की जरूरत सुखबीर जिथे जिथे गल करने जरूरत पी जिड़ी भी जिड़ा भी कोई बंदा क्योंकि पार्टियां कोई माड़िया नहीं है मैं पहला भी यह गल कह चुका पार्टियां नहीं कोई माड़िया कोई चलाने वाले बंदे माड़े चाहिए मैं जो बेसिकली 2003 का रजिस्टर्ड किया होया केस जो एग्जीक्यूशन हुई है तो जो ट्रायल होया वो तो बाद 2013 भी 14 की मीटिंग हुई है तो वो बेसिकली जो योजे ऑफिसर ऑफिसर माड़े भी है चंगे भी है पर असी करते कि असी माड़ियां कई बार यहोजी जगह पर ला के ये सोचते हैं कि शायद सानू बहुत वधिया काम दो असी क्यों इन्हों बेसिकली असी उन्होंने मिसयूज करते हैं सानू मिसयूज करते हैं पोलीटिकल पोलीटिकल सिस्टम मिसयूज करते हैं सौखियां पिछले समय पार्टियां बहुत बन गई आप पार्टी कोई माड़ी चंगी है ही नहीं चलाने वाले बंदे माड़े बहुत इशू चके मेरे वर्ग के बंदे ने तो यार राधा राय चौक क्विट एंड सिट एट होम फिर की करता कि जे दिस पोल इतना लड़के जो ठीक नहीं हो सकता तो फिर थैंक यू करी मत फिर क्योंकि पंजाब मेरे कले ते कले दा करी है ना पंजाब अपने सारे दा सांझा पंजाब केदा नहीं है
क्योंकि जिन्हों जिन्हों भी लगता कि हाँ भी आप कंट्रीब्यूट कर सकते हो कंट्रीब्यूट कर।